ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋ ਰਹੀਆਂ ਗੜਬੜੀਆਂ ਦਾ ਚਿੱਠਾ ਉੱਚਲੇ ਅਧਿਕਾਰੀਆਂ ਤੋਂ ਲੈ ਕੇ ਹੇਠਾਂ ਤੱਕ ਗੜਬੜੀਆਂ ਕਰਨ ਵਾਲੇ ਕੌਣ ਸਨ ਰੁਪਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਸਿਕਿਉਰਿਟੀ ਸੁਪਰਵਾਈਜ਼ਰ ਸੀ ਉਸ ਨੂੰ ਬਰਖਾਸਤ ਵੀ ਪਹਿਲਾਂ ਕੀਤਾ ਜਾਂਦਾ ਤੇ ਹੁਣ ਉਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਵੀ ਕੀਤਾ ਹੈ ਕੈਪਟਨ ਗੁਰਤੇਜ ਸਿੰਘ ਦਾ ਉਸ ਵਿੱਚ ਕੀ ਰੋਲ ਹੈ ਕਮੇਟੀ ਨੇ ਕੀ ਕੀ ਚੀਜ਼ਾਂ ਕੱਢ ਕੇ ਲਿਆਂਦੀਆਂ ਕਿ ਹਾਂ ਗੜਬੜੀ ਕਰ ਰਿਹਾ ਬੰਦੇ ਸੁਰੱਖਿਆ ਵਿਭਾਗ ਦਾ ਜਿਹੜਾ ਮੇਨ ਆਫੀਸਰ ਸੀਗਾ ਕੈਪਟਨ ਗੁਰਤੇਜ ਸਿੰਘ ਜਿੰਨੀਆਂ ਵੀ ਇਹ ਕਪੜੇ ਹੋਏ ਨੇ ਜਿਹਦੇ ਅਕਰਾਫਿਨਾ ਹੋਈਆਂ ਇਹ ਸਾਰਾ ਕਪੜਾ ਹੀ ਸੁਰੱਖਿਆ ਵਿਭਾਗ ਦੇ ਵਿੱਚ ਹੋਇਆ ਉਹਨਾਂ ਦੇ ਘਰੇ ਇੱਕ ਬਿਮਲਾ ਰਾਣੀ ਨਾਮ ਦੀ ਜਿਹੜੀ ਲੜਕੀ ਕੰਮ ਕਰਦੀ ਹੈ ਉਹ ਨੌਕਰਾਂ ਨੇ ਉਹਦੀਆਂ ਹਾਜ਼ਰੀਆਂ ਵੀ ਸੁਰੱਖਿਆ ਵਿਭਾਗ ਦੇ ਵਿੱਚ ਉਹਦੀਆਂ ਹਾਜ਼ਰੀਆਂ ਪਾਈਆਂ ਜਾ ਰਹੀਆਂ ਨੇ ਇੱਕ ਬਸੰਧ ਵਰਮਾ ਜਿਹੜਾ ਕਿ ਉਹਨਾਂ ਦੇ ਕਰਕੇ ਕੁੱਕ ਦਾ ਕੰਮ ਕਰਦਾ ਹੈ ਜਦੇ ਕਿ ਕੁੱਕ ਦਾ ਕੰਮ ਆਪਣਾ ਪਰਸਨਲੀ ਉਹਦੇ ਕੋਲੋਂ ਕਰਵਾ ਰਹੇ ਨੇ ਜਿਹੜੀ ਤਨਖਾਹ ਕੇ ਉਹ ਉਹਨੂੰ ਪੰਜਾਬੀ ਮਿਊਂਟ ਦੇ ਖਾਤੇ ਦੇ ਵਿੱਚੋਂ ਅਦਾ ਕਰਵਾ ਰਿਹਾ ਹੈ ਸੁਰੱਖਿਆ ਅਫਸਰ ਕੈਪਟਨ ਗੁਰਤੇਜ ਸਿੰਘ ਕਿਉਂਕਿ ਜਿਹੜੇ ਰੁਪਿੰਦਰ ਸਿੰਘ ਜੀ ਰੁਪਿੰਦਰ ਸਿੰਘ ਇੱਕ ਸੁਪਰਵਾਈਜ਼ਰ ਸੀ ਉਹਨਾਂ ਦਾ ਡਾਡਾ ਬੇਟਾ ਸੀਗਾ ਬਾਹਰ ਨਿਊਜ਼ੀਲੈਂਡ ਦੇ ਵਿੱਚ 7 ਸਾਲਾਂ ਤੋਂ ਰਹਿ ਰਿਹਾ ਸੀਗਾ ਉਹਦੀਆਂ ਜਿੰਨੀਆਂ ਵੀ ਹਾਜ਼ਰੀਆਂ ਨੇ ਉਹ ਸੁਰੱਖਿਆ ਵਿਭਾਗ ਦੇ ਵਿੱਚ ਪੈ ਰਹੀਆਂ ਸੀਗੀਆਂ ਕਿ ਰੁਪਿੰਦਰ ਸਿੰਘ ਦੇ ਜਿਹੜੇ ਘਰੇ ਇੱਕ ਨੌਕਰਾਂ ਨੇੜੇ ਕੰਮ ਕਰਦੇ ਸੀਗੀ ਉਹਦੀਆਂ ਹਾਜ਼ਰੀਆਂ ਵੀ ਸੁਰੱਖਿਆ ਵਿ ਬੇਸ਼ੱਕ ਰੁਪਿੰਦਰ ਤੇ ਇੱਕ ਬਾਇ ਨੇਮ ਪਰਚਾ ਕੱਟ ਕੇ ਉਹਦੇ ਤੇ ਅਗਲੀ ਕਾਰ ਵੀ ਕੀਤੀ ਜਾ ਰਹੀ ਹੈ ਪਰ ਅਸਲ ਦੇ ਵਿੱਚ ਜਿੰਨਾ ਵੀ ਸਾਰਾ ਕੰਮ ਸੀ ਉਹ ਕੰਮ ਤਾਂ ਸਾਰਾ ਇਹਦੀ ਸ਼ਹਿਤ ਤੇ ਚੱਲ ਰਿਹਾ ਸੀ ਨਾ ਕੈਪਟਨ ਗੁਰਤੇਜ ਜੀ ਉਹਨਾਂ ਦੀ ਮਿਲੀ ਭੁਗਤ ਤੁਹਾਨੂੰ ਕਿਸ-ਕਿਸ ਨਾਲ ਲੱਗਦੀ ਹੈ ਔਰ ਉਹਦੇ ਸਬੂਤ ਕੀ ਹੈ ਤੁਹਾਡੇ ਕੋਲ ਕਿਉਂ ਮਿਲੇ ਹੋਇਆ ਹੈ ਬਾਕੀ ਵੱਡੇ ਅਫਸਰਾਂ ਨਾਲ ਵੀ ਜਦੋਂ ਕੈਪਟਨ ਗੁਰਤੇਜ ਔਰ ਵਾਈਟਾਸਰ ਨੇ ਉਥੋਂ ਇਹਦੀ ਦੁਆਰਾ ਬਦਲੀ ਕਰ ਦਿੱਤੀ ਪੰਜਾਬੀ ਪਟਿਆਲਾ ਦੇ ਵਿੱਚ ਸੋ ਉਹੀ ਰੁਪਿੰਦਰ ਸਿੰਘ ਜਿਹਦੇ ਤੇ ਹਲੇ ਮੁਕਦਮਾ ਉਦੋਂ ਦਰਜ ਹੋਣਾ ਸੀਗਾ 700 ਰੁਪਏ ਪਾਇਜ਼ਾਰੇ ਨੇ ਉਹਦੇ ਤੇ ਹਾਰ ਪਾਇਜ਼ਾਰੇ ਨੇ ਤੇ ਲੰਡੂ ਲੱਡੂ ਨੇ ਕਿੰਨੇ ਕੋ ਪੈਸੇ ਆ ਜਿਹੜੇ ਸਟੇਡੇ ਢੰਗ ਦੇ ਨਾਲ ਆਪਣੀਆਂ ਜੇਬਾਂ ਚ ਪਾਏ ਉਹ ਕਮੇਟੀ ਦੀ ਰਿਪੋਰਟ ਆਵੇ ਚੱਕਾ ਕਿ ਕੇ ਕੇ ਯਾਦਵ ਨੂੰ ਨਵੇਂ ਜਿਹੜੇ ਵਾਈਨ ਚਾਫਲਰ ਨੇ ਆਈਐਸ ਅਫੀਸਰ ਨੇ ਇਹਨਾਂ ਨੂੰ ਸਬਮਿਟ ਹੋ ਚੁੱਕੀਆਂ ਨੇ ਸਾਡੇ ਉਹ ਚਿੱਠੀਆਂ ਖੁੱਲਣੀਆਂ ਬਾਕੀ ਨੇ ਜਦੋਂ ਚਿੱਠੀਆਂ ਖੁੱਲਣ ਗਿਆ ਉਹਦੇ ਵਿੱਚ ਹੋਰ ਲੱਖਾਂ ਰੁਪਏ ਜਿਹੜੇ ਘਪਰੇ ਨੇ ਉਹ ਕੈਪਟਨ ਕਰਤੇਜ ਦੇ ਵੱਲੋਂ ਨਿਕਲ ਲਗੇ ਰਵਿੰਦਰ ਜੀ ਨੇ ਜਿਹੜੇ ਪਾਸਾਬਕਾ ਵਾਈਨ ਚਾਫਲਰ ਸੀਗੇ ਉਹਨਾਂ ਨੇ ਬਦਲੀ ਕਰ ਦਿੱਤੀ ਤਲਵੰਡੀ ਸਾਹਬੋ ਦੀ ਸੋ ਜੋ ਉਤੋਂ ਉਹਨਾਂ ਨੇ ਕਿ ਕਰਾਪਸ਼ਨ ਦੇ ਮਾਮਲੇ 'ਚ ਉੱਥੇ ਭੇਜਿਆ ਸੀਗਾ ਕੇ ਕੇ ਯਾਦਵ ਜੀ ਨੇ ਉਹਨਾਂ ਨੂੰ ਦੁ ਨਰਸੀਮ ਸਾਹਿਬ ਜਿਹੜੇ ਉਹ ਸਟੇਡੀਅਮ ਕਾਰਸਿੰਗ ਦੀ ਉਹਨਾਂ ਨੂੰ ਜਿਹਦਾ ਮੈਂ ਪੂਰਾ ਪੜੰਦਾ ਮੈਂ ਦੇ ਚੁੱਕਿਆ ਉਹ ਤੋਂ ਬਾਅਦ ਹਲਕਾ ਸਨੌਰ ਦੇ ਹਲਕਾ ਕਨਾਲ ਰੇੜੇ ਦਾ ਮੌਜੂਦਾ ਜਿਹੜਾ ਐਮ ਐਲ ਏ ਸਾਹਿਬ ਨੇ ਉਹਨਾਂ ਨੂੰ ਮੈਂ ਦੇ ਚੁੱਕਿਆ ਪਟਿਆਲਾ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਸ ਨੂੰ ਵੀ ਇਹ ਸਾਰਾ ਪੜੰਦਾ ਮੈਂ ਠੀਕ ਦੇ ਚੁੱਕਿਆ ਜਿੰਨਾ ਵੀ ਕੰਮ ਹੈ ਹੱਦੇ ਵੀ ਉਹ ਮੇਰੀ ਭੁਗਤਾਨ ਨਾਲ ਚੱਲ ਰਿਹਾ ਹਲੇੜਾ ਕ੍ਰਪਸ਼ਨ ਦਾ ਕੰਮ ਹੈ ਉਹ ਸਰਕਾਰ ਦੁਆਰਾ ਹਾਲੇ ਪ੍ਰੋਪਰਲੀ ਬੰਦ ਜਿਹੜਾ ਨਕੇਲ ਉਹ ਨਹੀਂ ਪਾਈ ਗਈ ਹੱਲੂੜੇ ਕਿ ਜਦੋਂ ਉੱਪਰ ਤੱਕ ਜਿਹੜਾ ਪੈਸਾ ਚੜਦਾ ਤਾਂ ਉਹ ਇਨਤਕਾਰ ਵੀ ਕਿਵੇਂ ਕਰਨਗੇ ਪ ਪਹਿਲੀ ਵਾਰੀ ਇੱਕ ਵੱਡਾ ਖੁਲਾਸਾ ਕਰਾਂਗੇ ਕਿ ਕਿਵੇਂ ਉੱਚਲੇ ਅਧਿਕਾਰੀਆਂ ਤੋਂ ਲੈ ਕੇ ਹੇਠਾਂ ਤੱਕ ਗੜਬੜੀਆਂ ਕਰਨ ਵਾਲੇ ਕੌਣ ਸਨ ਵਿਜੀਲੈਂਸ ਨੇ ਇੱਕ ਪਰਚਾ ਦਰਜ ਕੀਤਾ ਜਿਸ ਦੇ ਵਿੱਚ ਇੱਕ ਰੁਪਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਸਕਿਉਰਿਟੀ ਸੁਪਰਵਾਈਜ਼ਰ ਸੀ ਉਸ ਨੂੰ ਬਰਖਾਸਤ ਵੀ ਪਹਿਲਾਂ ਕੀਤਾ ਜਾਂਦਾ ਤੇ ਹੁਣ ਉਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਵੀ ਕੀਤਾ ਪਰ ਕੈਪਟਨ ਗੁਰਤੇਜ ਸਿੰਘ ਦਾ ਉਸ ਵਿੱਚ ਕੀ ਰੋਲ ਹੈ ਕੀ ਭੂਮਿਕਾ ਹੈ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਕਿ ਕਿਸ-ਕਿਸ ਦੀ ਮਿਲੀ ਭੁਗਤ ਹੈ ਸਾਰੇ ਖੁਲਾਸੇ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਸੁਰੱਖਿਆ ਮੁਲਾਜ਼ਮ ਦੇ ਤੌਰ ਦੇ ਉੱਤੇ ਵਿਚਰਦੇ ਨੇ ਉਹ ਇੱਧਰ ਖੜੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਿਕਾਇਤ ਕੀਤੀ ਉਸ ਦੇ ਆਧਾਰ ਤੇ ਪ੍ਰੋਫੈਸਰ ਅਰਵਿੰਦ ਨੇ ਕਮੇਟੀ ਬਣਾਈ ਇਨਕੁਆਇਰੀ ਹੁੰਦੀ ਹੈ ਉਸ ਜਾਂਚ ਪੜਤਾਲ ਦੇ ਵਿੱਚ ਕੌਣ-ਕੌਣ ਗੜਬੜੀਆਂ ਕਰਦਾ ਪਾਇਆ ਗਿਆ ਉਹ ਸਾਰੇ ਖੁਲਾਸੇ ਅੱਜ ਕਰਾਂਗੇ ਇਸ ਵਕਤ ਮੇਰੇ ਨਾਲ ਨੇ ਜਿਹੜੇ ਸੁਰੱਖਿਆ ਮੁਲਾਜ਼ਮ ਦੇ ਵਿੱਚੋਂ ਇੱਕ ਨੇ ਅਰਵਿੰਦਰ ਸਿੰਘ ਉਰਫ ਬਾਬਾ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਸ਼ੁਰੂ ਲੜਾਈ ਸੀ ਤੁਹਾਡੀ ਲੜਨਦੀ ਹੁਣ ਤਸੱਲੀ ਹੋ ਰਹੀ ਹੈ ਕਿ ਜਿਹੜੇ ਜਿਹੜੇ ਮਲਜਮ ਸੀ ਜਿਹੜੇ ਗੜਬੜੀਆਂ ਕਰਦੇ ਸੀ ਖਾਤਿਆਂ ਚ ਜਾਲੀ ਪੈਸੇ ਪਾਉਂਦੇ ਰਹੇ ਤਨਖਾਹਾਂ ਲੈਂਦੇ ਰਹੇ ਹੁਣ ਉਹਨਾਂ ਦੇ ਉੱਤੇ ਸ਼ਕੰਜਾ ਕੱਸਿਆ ਗਿਆ ਵਿਜੀਲੈਂਸ ਨੇ ਪਰਚਾ ਵੀ ਦਰਜ ਕੀਤਾ ਤੇ ਗ੍ਰਿਫਤਾਰੀ ਵੀ ਹੋਈ ਆ ਸੋ ਪਹਿਲਾ ਤਾਂ ਤੁਹਾਡੀ ਪੂਰੀ ਇਸ ਚੈਨਲ ਦਾ ਪੂਰੀ ਟੀਮ ਦਾ ਮੈਂ ਤੈਅ ਦੇ ਲੋ ਧੰਨਵਾਦ ਕਰਦਾ ਕਿ ਤੁਸੀਂ ਕ੍ਰਪਸ਼ਨ ਦੇ ਰਿਗਾਰਡਿੰਗ ਇਹਨਾਂ ਕਪੜਿਆਂ ਦੀ ਜਿਹੜੀ ਆਵਾਜ਼ ਹੈ ਵੀ ਉਹ ਪੂਰੀ ਮਤਲਬ ਕਿ ਉੱਪਰ ਤੱਕ ਚੱਕ ਕੇ ਉਹਨਾਂ ਦੇ ਜਿਹੜੇ ਬਣਦੇ ਕਾਰਵਾਈਆਂ ਅਮਲ ਦੇ ਵਿੱਚ ਆਂਦੀ ਜਾ ਰਹੀ ਹੈ ਸੋ ਗੱਲ ਇਹ ਸੀ ਕਿ ਪੰਜਾਬੀ ਯੂਨੀਟੀ ਪਟਿਆਲਾ ਇੱਕ ਉਹ ਦਾਇਰਾ ਹੈ ਵੀ ਜਿਹੜਾ ਕਿ ਵਿਦਿਆਕਰ ਦਾਇਰਾ ਜਿਹੜਾ ਮਾਲਵੇ ਦਾ ਬਹੁਤ ਵੱਡਾ ਇੱਕ ਖੇਤਰ ਸੀ ਜਿੱਥੇ ਲੋਕ ਵਿਦਿਆਗਣ ਕਰਾ ਕੇ ਵਿਦਿਆਗਣ ਕਰਾ ਕਰਕੇ ਵੀ ਮਤਲਬ ਕਿ ਉਥੇ ਵਿਦਵਾਨ ਬਣਦੇ ਨੇ ਸੋ ਗੱਲ ਇਹ ਸੀ ਪੰਜਾਬੀ ਯੂਨੀਟੀ ਦਾ ਇੱਕ ਦਿਨੋ ਦਿਨ ਹਮੇਸ਼ਾ ਚਰਚੇ ਦੇ ਵਿੱਚ ਰਹਿੰਦੀ ਹੈ ਕਦੇ ਫਿਸਾਂ ਦੇ ਵੱਧ ਕਰਪਸ਼ਨ ਦੇ ਮਾਮਲੋਗੇ ਕਰੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ ਮੇਨ ਗੱਲ ਸੀ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਿਨੋਂ ਦਿਨ ਹਰ ਗੱਲ ਬੰਦੇ ਤੋਂ ਗੱਲ ਹੁੰਦਾ ਕਿ ਦਿਨੋਂ ਦਿਨ ਘਟ ਦੇ ਵਿੱਚ ਜਾਰੀ ਹੈ ਆਪਾਂ ਜੀ ਇੱਕ ਇਸ ਮੁੱਦੇ ਨੂੰ ਵਿਚਾਰ ਲਈਏ ਜਿਹਦੇ ਖਿਲਾਫ ਤੁਸੀਂ ਸ਼ਿਕਾਇਤ ਕੀਤੀ ਤੁਸੀਂ ਕਿਹਾ ਕਿ ਪ੍ਰੋਫੈਸਰ ਅਰਵਿੰਦ ਜੀ ਵਾਈਸ ਚਾਂਸਲਰ ਹੋ ਤੁਸੀਂ ਜਦੋਂ ਸੀਓ ਉਦੋਂ ਸ਼ਿਕਾਇਤ ਦਿੰਦੇ ਹੋ ਕਮੇਟੀ ਬਣ ਜਾਂਦੀ ਹੈ ਕਮੇਟੀ ਨੇ ਕੀ ਕੀ ਜਿਹੜੀਆਂ ਚੀਜ਼ਾਂ ਕੱਢ ਕੇ ਲਿਆਂਦੀਆਂ ਕਿ ਹਾਂ ਗੜਬੜੀ ਕਰ ਰਿਹਾ ਬੰਦੇ ਸੋ ਗੱਲ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੁਰੱਖਿਆ ਵਿਭਾਗ ਦਾ ਜਿਹੜਾ ਮੇਨ ਆਫ ਗੁਰਦੇਵ ਸਿੰਘ ਸੋ ਉਹ ਇੱਕ ਤਾਂ ਡਿਪਾਰਟਮੈਂਟ ਦਾ ਸੁਰੱਖਿਆ ਅਫੀਸਰ ਦਾ ਇੱਕ ਚੀਫ ਸੀਗਾ ਜਿੰਨੀਆਂ ਵੀ ਇਹ ਕਪੜੇ ਹੋਏ ਨੇ ਜਿਨ੍ਹਾਂ ਦੇ ਕਰਪਸ਼ਨਾਂ ਹੋਈਆਂ ਨੇ ਇਹ ਸਾਰਾ ਕਪੜਾ ਹੀ ਸੁਰੱਖਿਆ ਵਿਭਾਗ ਦੇ ਵਿੱਚ ਹੋਇਆ ਸੋ ਮੇਨ ਵੱਡੀ ਗੱਲ ਸੀ ਜਿਹੜਾ ਜਿੰਨਾ ਕਪੜਾ ਹੋਇਆ ਉਹਦਾ ਜਿਹੜਾ ਮੇਨ ਦੋਸ਼ੀ ਸੀਗਾ ਉਹ ਅਸਲ ਦੇ ਵਿੱਚ ਕਪਟਨ ਗੁਰਦੇਵ ਜੀ ਸੀਗਾ ਕਿਉਂਕਿ ਜਿਹੜੇ ਰੁਪਿੰਦਰ ਸਿੰਘ ਜੀ ਰੁਪਿੰਦਰ ਸਿੰਘ ਇੱਕ ਸੁਪਰਵਾਈਜ਼ਰ ਸੀ ਉਹਨਾਂ ਦਾ ਜਿਹੜਾ ਬੇਟਾ ਸੀਗਾ ਬਾਹਰ ਨਿਊਜ਼ੀਲੈਂਡ ਦੇ ਵਿੱਚ 7 ਸਾਲਾਂ ਤੋਂ ਰਹਿ ਰਿਹਾ ਸੀਗਾ ਉਹ ਜਿੰਨੀਆਂ ਵੀ ਹਾਜ਼ਰੀਆਂ ਨੇ ਉਹ ਸੁਰੱਖਿਆ ਵਿਭਾਗ ਦੇ ਵਿੱਚ ਪਹਿਰੀਆਂ ਸੀਗੀਆਂ ਵੱਡੀ ਗੱਲ ਹੈ ਕਿ ਜਿਹੜੀ ਰੁਪਿੰ ਉਹਦੀਆਂ ਹਾਜ਼ਰੀਆਂ ਵੀ ਸੁਰੱਖਿਆ ਵਿਭਾਗ ਦੇ ਵਿੱਚ ਪੈ ਰਹੀਆਂ ਨੇ ਇਹਦੇ ਤੋਂ ਇਲਾਵਾ ਇੱਕ ਵੱਡੀ ਗੱਲ ਕਿ ਜਿਹੜੇ ਕਪਟਨ ਗੁਰਤੇਜ ਸਿੰਘ ਨੇ ਜਿਹੜੇ ਚੀਫ ਨੇ ਉਹਨਾਂ ਦੇ ਘਰੇ ਇੱਕ ਬਿਮਲਾ ਰਾਣੀ ਨਾਮ ਦੀ ਇੱਕ ਜਿਹੜੀ ਲੜਕੀ ਕੰਮ ਕਰਦੀ ਹੈ ਉਹ ਨੌਕਰਾਂ ਨੇ ਉਹਦੀਆਂ ਹਾਜ਼ਰੀਆਂ ਵੀ ਸੁਰੱਖਿਆ ਵਿਭਾਗ ਦੇ ਵਿੱਚ ਉਹਦੀਆਂ ਹਾਜ਼ਰੀਆਂ ਪਾਈਆਂ ਜਾ ਰਹੀਆਂ ਨੇ ਇੱਕ ਬਸੰਤ ਵਰਮਾ ਜਿਹੜਾ ਕਿ ਉਹਨਾਂ ਦੇ ਕਰਕੇ ਕੁੱਕ ਦਾ ਕੰਮ ਕਰਦਾ ਹੈ ਜਦੋਂ ਕਿ ਕੁੱਕ ਦਾ ਕੰਮ ਆਪਣਾ ਪਰਸਨਲੀ ਉਹਦੇ ਕੋਲੋਂ ਕਰਵਾ ਰਹੇ ਨੇ ਜਿਹੜੀ ਤਨਖਾਹ ਕਿ ਉਹ ਉਹਨੂੰ ਪੰਜਾਬੀ ਮਿੰਟ ਦੇ ਖਾਤੇ ਦੇ ਵਿੱਚੋਂ ਅਦਾ ਕਰਵਾ ਰਿਹਾ ਸੁਰੱਖਿਆ ਅਫਸਰ ਕਪਟਨ ਗੁਰਤੇਜ ਸਿੰਘ ਤੁਸੀਂ ਕਹਿ ਰਹੇ ਹੋ ਕੈਪਟਨ ਵੀ ਦੋਸ਼ੀ ਹੈ ਇਸ ਖਾਤਿਆਂ ਚ ਪੈਸੇ ਗਏ ਜਾਂ ਫਿਰ ਉਹਦੇ ਘਰੇ ਕੰਮ ਕਰਦੇ ਮੁਲਾਜ਼ਮ ਦੇ ਖਾਤੇ ਚ ਪੈਸੇ ਗਏ ਰਿਪੋਰਟ ਤੱਕ ਕਿਤੇ ਦਿਖੀ ਨਹੀਂ ਪਰ ਗੱਲ ਇਹ ਸੀ ਕਿ ਸੁਰੱਖਿਆ ਵਿਭਾਗ ਦਾ ਇੱਕ ਦਾੜ ਸੁਰੱਖਿਆ ਵਿਭਾਗ ਦਾ ਚੀਫ ਹੈ ਜਿਹੜਾ ਹੈੱਡ ਹੈ ਉਹ ਕੈਪਟਨ ਗੁਰਤੇਜ ਉਹਦਾ ਹੈੱਡ ਹੈ ਜੀ ਹੈੱਡ ਤੇ ਮੰਨ ਲਓ ਵੀ ਇੱਕ 50 ਬੰਦੇ ਉਹਦੇ ਅੰਡਰ ਕੰਮ ਕਰਦੇ ਨੇ ਜਿਹੜੇ 50 ਬੰਦੇ ਕੰਮ ਕਰਦੇ ਨੇ ਹਰ ਮਹੀਨੇ ਦੀ ਮਹੀਨੇ ਉਹਦੀ ਅਟੈਂਡੈਂਸ ਬਣਦੀ ਹੈ ਅਟੈਂਡੈਂਸ ਤੇ ਜਿਹਦੇ ਉੱਤੇ ਸਿਗਨੇਚਰ ਹੋ ਕੇ ਉਹ ਅਮਨ ਸ਼ੱਕ ਨੂੰ ਅੱਗੇ ਭੇਜੇ ਜਾਂਦੇ ਨੇ ਵੀ ਤਾਂ ਕਿ ਕਿੰਨੇ ਮੁਲਾਜ਼ਮ ਹੈ ਜਿਹੜੀ ਤਨਖਾਹ ਖਾਤੇ ਤੇ ਚ ਪਾਉਣੀ ਹੈ ਜਿਹੜੀ ਤਨਖਾਹ ਬਣਦੀ ਹੈ ਉਹਦੇ ਉੱਤੇ ਦਸਤਕਤ ਹੁੰਦੇ ਆ ਕੈਪਟਨ ਦੇ ਜਿਹੜਾ ਮੁਖੀ ਹੈ ਸੁਰੱਖਿਆ ਅਫਸਰ ਦੁਨੀਆਂ ਵੀ ਸੋ ਮਤਲਬ ਕਿ ਟੈਂਡ ਹਰ ਰੋਜ਼ ਹੀ ਰੋਜ਼ ਹੈ ਜਿਹੜੀ ਡਿਊਟੀ ਰੋਟੇਸ਼ਨ ਹੈ ਮੰਨ ਲਓ 50 ਡਿਪਾਰਟਮੈਂਟ ਨੇ 50 ਡਿਪਾਰਟਮੈਂਟ ਦੇ ਡਿਪਾਰਟਮੈਂਟ ਚ ਬੰਦੇ ਸੁਰੱਖਿਆ ਗੜ ਤਣਾਤ ਕਰ ਰਹੇ ਨੇ ਉਹ ਤਣਾਤ ਦਾ ਇੱਕ ਡਿਊਟੀ ਰੋਸਟਰ ਹਰ ਰੋਜ਼ ਆ ਬਣਦਾ ਉਹਦੇ ਉੱਪਰ ਵੀ ਸੁਰੱਖਿਆ ਅਫਸਰ ਦੇ ਹੀ ਹਰ ਰੋਜ਼ ਸੈਨ ਹੁੰਦੇ ਨੇ ਫਿਰ ਜਦੋਂ ਇਸ ਕਮੇਟੀ ਨੇ ਰਿਪੋਰਟ ਤਿਆਰ ਕਰਨੀ ਸੀ ਸਜ਼ਾ ਦਿੱਤੀ ਤਾਂ ਗਈ ਸੀ ਬਦਲੀ ਦੇ ਰੂਪ ਦੇ ਵਿੱਚ ਗੁਰੂ ਕਾਂਸ਼ੀ ਕੈਂਪਸ ਵਾਲੇ ਪਾਸੇ ਬਠਿੰਡੇ ਭੇਜਤਾ ਦਿੱਤਾ ਗਿਆ ਸੀ ਗੁਰਤੇਜ ਸਿੰਘ ਨੂੰ ਪਰ ਗੱਲ ਇਹ ਹੈ ਨਾ ਵੀ ਅਸਲ ਦੇ ਵਿੱਚ ਬੇਸ਼ੱਕ ਰੁਪਿੰਦਰ ਤੇ ਇੱਕ ਬਾਇ ਨੇਮ ਪਰਚਾ ਕੱਟ ਕੇ ਉਹਦੇ ਤੇ ਅਗਲੀ ਕਾਰ ਵੀ ਕੀਤੀ ਧਾਰੀ ਹੈ ਪਰ ਅਸ ਇਹ ਤਾਂ ਚੱਲ ਰਿਹਾ ਸੀ ਨਾ ਕੈਪਟਨ ਗੁਰਤੇਜ ਜੀ ਦੀ ਸੋ ਜੇ ਮਤਲਬ ਉਹਦਾ ਇੱਕ ਬਦਲੀ ਕਰਕੇ ਇੱਕ ਬਦਲੀ ਕਰਕੇ ਇਹ ਤਾਂ ਨਹੀਂ ਹੈ ਵੀ ਉਹ ਮਤਲਬ ਉਹਨੂੰ ਸਾਖਾਂ ਪਿੱਛੇ ਛੱਡ ਦੋ ਆਪ ਉਸ ਆਪ ਬਚ ਜAVE ਅਸਲ ਦੇ ਵਿੱਚ ਮੇਨ ਜੇ ਉਹਦੇ ਤੇ ਹੀ ਘਟੋ ਘਟੇ ਇਹਨੂੰ ਉਸ ਸਮੇਂ ਸਸਪੈਂਡ ਕਰਕੇ ਜਿਹੜੀ ਅਗਲੀ ਕਾਰਵਾਈ ਹੈ ਉਹ ਕਾਰਵਾਈ ਦੇ ਤੇ ਅਮਲ ਦੇ ਵਿੱਚ ਲਿਆਉਣੀ ਚਾਹੀਦੀ ਚਾਹੀਦੀ ਸੀ ਪ੍ਰਸ਼ਾਸਨ ਨੂੰ ਜੋ ਕਿ ਇਹਨਾਂ ਨੇ ਹਾਲੇ ਤੱਕ ਨਹੀਂ ਕੀਤੀ ਇਹ ਜਿਹੜੇ ਦੋਸ਼ੀਆਂ ਦਾ ਤੁਸੀਂ ਨਾਮ ਲੈ ਰਹੇ ਹੋ ਕਿ ਚਾਹੇ ਕੈਪਟਨ ਗੁਰਤੇਜ ਸਿੰਘ ਹੈ ਚਾਹੇ ਰਪਿੰਦਰ ਸਿੰਘ ਜਿਹੜਾ ਸਕਿਉਰਿਟੀ ਸੁਪਰਵਾਈਜ਼ ਇਹਦੇ ਖਿਲਾਫ ਪਰਚਾ ਵੀ ਦਰਜ ਹੋਇਆ ਇਹਨਾਂ ਨੇ ਕਿੰਨੇ ਕੋ ਪੈਸੇ ਆ ਜਿਹ ਰੋਹਿੰਦਰ ਸਿੰਘ ਨੇ ਰੁਪਿੰਦਰ ਸਿੰਘ ਨੇ ਤਕਰੀਬਨ 822609 ਰੁਪਏ ਦਾੜਾ ਕਪੜਾ ਹੁਣ ਤੱਕ ਦਾੜਾ ਸਾਬਤ ਹੋ ਚੁੱਕਿਆ ਹੈ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਸੋ ਜਿਹੜੇ ਦੋ ਵੱਡੇ ਕਪੜੇ ਨੇ ਕਿਉਂਕਿ ਕੈਪਟਨ ਗਰਤੇਜ ਦੇ ਘਰੇ ਇੱਕ ਬਸੰਤ ਪਰਮਾ ਇੱਕ ਕੁੱਕ ਤੇ ਇੱਕ ਜਿਹੜੇ ਉਹਦੇ ਕਰਨਾ ਨੌਕਰਾਂ ਨੇ ਕੰਮ ਕਰਦੇ ਸੀ ਸੋ ਉਹਦੀ ਵੀ ਮੈਂ ਸ਼ਿਕਾਇਤ ਆ ਮੈਂ ਵੀਸੀ ਸਾਹਿਬ ਨੂੰ ਦਿੱਤੀ ਵੀਸੀ ਨੇ ਕਮੇਟੀ ਦਾ ਗਠਨ ਕੀਤਾ ਸੀ ਉਹ ਕਮੇਟੀ ਦੀ ਰਿਪੋਰਟ ਆਵੇ ਚੁੱਕਾ ਕਿ ਕਿ ਯਾਦਵ ਨੂੰ ਨਵੇਂ ਜਿਹੜੇ ਵਾਈਸ ਚਾਂਸਲਰ ਨੇ ਆਈਐਸ ਅਫੀਸਰ ਨੇ ਇਹਨਾਂ ਨੂੰ ਸਬਮਿਟ ਹੋ ਚੁੱਕੀਆਂ ਨੇ ਹਾਲੇ ਉਹ ਚਿੱਠੀਆਂ ਖੁੱਲਣੀਆਂ ਬਾਕੀ ਨੇ ਜਦੋਂ ਚਿੱਠ ਨਿਕਲ ਲਗੇ ਜਿਹੜੇ ਹੁਣ ਕਾਰਜਕਾਰੀ ਵਾਈਸ ਚਾਂਸਲਰ ਕੇ ਕੇ ਯਾਦਵ ਸਾਹਿਬ ਹੁਣੇ ਲਾਏ ਹੋਏ ਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਤੋਂ ਤੁਹਾਨੂੰ ਤਸੱਲੀ ਹੈ ਕਿ ਜਿਹੜੀ ਤੇਜ਼ੀ ਨਾਲ ਰਫ਼ਤਾਰ ਨਾਲ ਕੰਮ ਹੋਣਾ ਚਾਹੀਦਾ ਤਫ਼ਤੀਸ਼ ਦਾ ਪੜਤਾਲ ਦਾ ਚੱਲ ਰਿਹਾ ਹੈ ਅਸਲ ਦੇ ਵਿੱਚ ਬੇਸ਼ੱਕ ਮੌਜੂਦਾ ਪੰਜਾਬ ਸਰਕਾਰ ਦੇ ਵਿੱਚ ਵੀ ਸਬੰਧਤ ਨੇ ਆਈਐਸ ਅਫੀਸਰ ਨੇ ਅਸਲ ਦੇ ਵਿੱਚ ਜਿਹੜੀ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਸੀਗੀ ਕੈਪਟਨ ਗਰਤੇਜ ਤੇ ਉਹ ਕਾਰਵਾਈ ਨਹੀਂ ਹੋਈ ਅਸਲ ਦੇ ਵਿੱਚ ਜਦੋਂ ਉਹਨੂੰ ਉੱਥੋਂ ਮਤਲਬ ਕਿ ਰਵਿੰਦਰਜੀ ਨੇ ਜਿਹੜੇ ਪਹਿਸਾਬਕਾ ਬਣ ਕੇ ਵਾਈਸ ਚਾਂਸਲ ਸੀਗੇ ਉਹਨਾਂ ਨੇ ਬਦਲੀ ਕਰ ਦਿੱਤੀ ਤਲਵੰਡੀ ਸਾਬੋਦੀ ਸੋ ਜੋ ਉਤੋਂ ਉਹਨਾਂ ਨੇ ਕਿ ਕ腐ਸ਼ਨ ਦੇ ਮਾਮਲੇ 'ਚ ਉੱਤੇ ਭੇਜਿਆ ਸੀਗਾ ਕੇ ਕੇ ਯਾਦਵ ਜੀ ਨੇ ਉਹਨਾਂ ਨੂੰ ਦੁਬਾਰਾ ਇੱਥੇ ਵਾਪਸ ਬੁਲਾਇਆ ਔਰ ਬੁਲਾਇਆ ਵੀ ਉਸ ਸਮੇਂ ਕਿ ਜਦੋਂ ਉਹਨਾਂ ਨੂੰ ਉੱਥੇ ਭੇਜਿਆ ਸੀਗਾ ਪੁਰਾਣੇ ਵੀਸੀ ਸਾਹਿਬ ਨੇ ਉਹਨਾਂ ਦੀ ਜਗ੍ਹਾ ਇੱਕ ਐ ਕਾਫੀ ਸਰ ਹੈ ਆਈਏਜੀ ਕੁਮਨ ਸਾਹਿਬ ਜਿਹੜੇ ਕਿ ਉਸ ਡਿਪਾਰਟਮੈਂਟ ਤੋਂ ਸੇਵਾਮੁਕਤ ਨੇ ਉਹਨਾਂ ਨੂੰ ਤਨਖਾਹ ਦਿੱਤਾ ਸੀਗਾ ਸੋ ਇਸ ਕੇ ਕੇ ਜਿਹੜੇ ਜੱਦਵਨ ਨੇ ਇਹਨਾਂ ਨੇ ਕੀ ਕੀਤਾ ਵੀ ਉਹਨਾਂ ਦੀ ਹਲੇ ਸੈਂਕਸ਼ਨਡ ਡਿਊਟੀ ਦਾ ਸਮਾਂ ਰਹਿੰਦਾ ਸੀ ਸੋ ਉਹਦੀ ਨੇਮ ਪਲੇਟ ਤੜਵਾ ਕੇ ਉਸ ਕੈਪਟਨ ਲੈ ਕੇ ਉਸ ਕੁਰਸੀ ਤੇ ਮਤਲਬ ਕਿ ਖੜਾ ਕਰ ਦਿੱਤਾ ਜੋ ਕਿ ਬਿਲਕੁਲ ਗਲਤ ਹੈ ਇੰਨੀ ਧੱਕੇਸ਼ਾਈ ਤੇ ਕੋਈ ਲੋਕਤੰਤਰੀ ਰਾਜ ਚ ਹੋਣੀ ਨਾ ਸਕਦੀ ਯੂਨੀਵਰਸਿਟੀ ਟੋਨਮਸ ਬਾਡੀ ਹੈ ਉਹਦਾ ਕੋਈ ਉੱਤੇ ਦੇਖ ਰੱਖ ਕਰਨ ਵਾਲੇ ਬੰਦੇ ਹੁੰਦੇ ਆ ਇੰਨਾ ਧੱਕਾ ਜਿੰਨਾ ਤੁਸੀਂ ਦੱਸ ਰਹੇ ਕਿਵੇਂ ਹੋ ਗਿਆ ਸ਼ਰਿਆਂ ਅਸਲ ਦੇ ਵਿੱਚ ਮੈਂ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਉਹ ਹਮੇਸ਼ ਬੀਮਲ ਕਹਿੰਦੇ ਸੀ ਐਫਸੀ ਕਰਪਸ਼ਨ ਨੂੰ ਇਹ ਕਰਾਂਗੇ ਅਸੀਂ ਕਰਪਸ਼ਨ ਨੂੰ ਪੰਜਾਬ ਚ ਖਤਮ ਕਰਾਂਗੇ ਅਸਲ ਦੇ ਵਿੱਚ ਜਿਹੜੇ ਮਤਲਬ ਕਿ ਇਹਨਾਂ ਦੇ ਸੀਐਮ ਸਾਹਿਬ ਦੇ ਜਿਹੜੇ ਉਹ ਸਟੇਡੀਅਮਕਾਰ ਸਿੰਘ ਜੀ ਉਹਨਾਂ ਨੂੰ ਸਿੱਧਾ ਮੈਂ ਪੂਰਾ ਫੰਡ ਮੈਂ ਦੇ ਚੁੱਕਿਆ ਹ ਉਹ ਤੋਂ ਬਾਅਦ ਹਲਕਾ ਸਨੌਰ ਦੇ ਹਲਕਾ ਕਨੌੜ ਜਿਹੜੇ ਮੌਜੂਦਾ ਜਿਹੜਾ ਐਮਐਲਏ ਸਾਹਿਬ ਨੇ ਉਹਨਾਂ ਨੂੰ ਮੈਂ ਦੇ ਚੁੱਕਿਆ ਪਟਿਆਲ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਸ ਨੂੰ ਵੀ ਇਹ ਸਾਰਾ ਫੰਡ ਮੈਂ ਠੀਕ ਦੇ ਚੁੱਕਿਆ ਜਿੰਨਾ ਵੀ ਕੰਮ ਹੈ ਹੱਦੇ ਵੀ ਉਹ ਮੇਰੇ ਭੁਗਤਾਨ ਨਾਲ ਚੱਲ ਰਿਹਾ ਹੈ ਹਲੇ ਜਿਹੜਾ ਕਰਪਸ਼ਨ ਦਾ ਕੰਮ ਹੈ ਉਹ ਸਰਕਾਰ ਦੁਆਰਾ ਹਲੇ ਪ੍ਰੋਪਰਲੀ ਬੰਦ ਜ ਚਾਹੀਦਾ ਜਿਹੜੇ ਮੁੱਖ ਮੁੱਲਜਮ ਨੇ ਅਜਿਹੀਆਂ ਗੜਬੜੀਆਂ ਕਰਨ ਦੇ ਉਹਨਾਂ ਨੂੰ ਬਚਾ ਕੌਣ ਰਿਹਾ ਹੋ ਸਕਦਾ ਬਚਾਣ ਦੇ ਵਿੱਚ ਕਰਨ ਕਿ ਜਿੰਨਾ ਵੀ ਕੰਮ ਸਾਰਾ ਰਲਿ ਮਿਲੀ ਭੁਗਤ ਦੇ ਨਾਲ ਚੱਲ ਰਿਹਾ ਜੇ ਰਲਿ ਮਿਲੀ ਭੁਗਤ ਦੇ ਨਾਲ ਚੱਲ ਰਿਹਾ ਅਸਲ ਦੇ ਵਿੱਚ ਇਹ ਹੈ ਵੀ ਅੱਜ ਇਹ ਬੰਦਾ ਫਸਾਵਾਂਗੇ ਕੱਲ ਕਿਤੇ ਕਿਤੇ ਨਾ ਕਿਤੇ ਸਾਡਾ ਵੀ ਨਾਮ ਇਹਦੇ ਵਿੱਚ ਆਏਗਾ ਥੱਲੋ ਲੈ ਕੇ ਜਦੋਂ ਉੱਪਰ ਤੱਕ ਜਿਹੜਾ ਪੈਸਾ ਚੜਦਾ ਤਾਂ ਉਹ ਇਹਨਾਂ ਤੇ ਕਾਰ ਵੀ ਕਿਵੇਂ ਕਰਨਗੇ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਪਟਿਆਲਾ ਰੇਂਜ ਨੇ ਪਰਚਾ ਦਰਜ ਕੀਤਾ ਰਪਿੰਦਰ ਸਿੰਘ ਜਿਹੜੇ ਕੀ ਸੁਪਰਵਾਈਜ਼ਰ ਨੇ ਇਨਾਂ ਦਾ ਪਤਾ ਲੱਗਿਆ ਕਿ 8-9 ਲੱਖ ਦੀ ਗੜਬੜੀ ਹੋਈ ਉਹਨਾਂ ਦੇ ਘਰ 'ਚ ਕੰਮ ਕਰਨ ਵਾਲੇ ਉਹਨਾਂ ਦੀ ਮਿਲੀਭੁਗਤ ਤੁਹਾਨੂੰ ਕਿਸ-ਕਿਸ ਨਾਲ ਲੱਗਦੀ ਆ ਔਰ ਉਹਦੇ ਸਬੂਤ ਕੀ ਆ ਤੁਹਾਡੇ ਕੋਲ ਕਿਉਂ ਮਿਲੇ ਹੋਇਆ ਬਾਕੀ ਵੱਡੇ ਅਫਸਰਾਂ ਨਾਲ ਅਸਲ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੇਨ ਗੱਲ ਹੈ ਵੀ ਜਿਹੜਾ ਸੁਰੱਖਿਆ ਅਫੀਸਰ ਜਿਹੜਾ ਉਹ ਸੀਗਾ ਆਪਣੇ ਰੁਪਿੰਦਰ ਸਿੰਘ ਨੇਰਾ ਰੁਪਿੰਦਰ ਸਿੰਘ ਇੱਕ ਸੁਪਰਵਾਈਜ਼ਰ ਸੀ ਸੁਪਰਵਾਈਜ਼ਰ ਤਾਂ ਸੁਰੱਖਿਆ ਵਿਭਾਗ ਦੇ ਵਿੱਚ ਸੀ ਜਿੰਨਾ ਵੀ ਕੰਮ ਹੈ ਸੁਰੱਖਿਆ ਅਫੀਸਰ ਦੀ ਮਤਲਬ ਕਿ ਪ੍ਰਮਾਣਿਕੀ ਤੋਂ ਬਿਨਾ ਉਹ ਸੰਭਵ ਨਹੀਂ ਸੀਗਾ ਸੋ ਇਹ ਗੱਲ ਜਿਹੜੀ ਕਮੇਟੀ ਨੇ ਜਿਹੜਾ ਕਮੇਟੀ ਦਾ ਗਠਨ ਕੀਤਾ ਸੀ ਉਹ ਕਮੇਟੀਾਂ ਕੈਪਟਨ ਗਰਤੇਦੀ ਮਿਲੀ ਭੁਗਤ ਦੇ ਨਾਲ ਹੀ ਹੋਇਆ ਉਹਦੇ ਤੋਂ ਬਿਨਾ ਕੰਮ ਨਹੀਂ ਸੰਭਵ ਹੋਇਆਗੇ ਸੀ ਹੂੰ ਇਹ ਵੀ ਸੁਣਨ ਵਿੱਚ ਆਇਆ ਕਿ ਰਿਪੋਰਟਾਂ ਆਈਆਂ ਮੀਡੀਆ ਦੇ ਵਿੱਚ ਕਿ ਜਦੋਂ ਉਹਦੀ ਬਦਲੀ ਗੁਰੂ ਕਾਂਸ਼ੀ ਕੈਂਪਸ ਤੋਂ ਮੇਨ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹੋਈ ਉਦੋਂ ਜਸ਼ਨ ਵੀ ਮਨਾਏਗੇ ਕੋਈ। ਸੋ ਗੱਲ ਇਹ ਸੀ ਵੀ ਜਦੋਂ ਕੈਪਟਨ ਗੁਰਤੇਜ ਵਾਈਟ ਟ੍ਰਾਂਸਫਰ ਨੇ ਉਥੋਂ ਦੀ ਦੁਆਰਾ ਇੱਥੇ ਬਦਲੀ ਕਰ ਦਿੱਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਸੋ ਉਹੀ ਰੁਪਿੰਦਰ ਸਿੰਘ ਜਿਹਦੇ ਤੇ ਹਲੇ ਮੁਕੱਦਮਾ ਉਦੋਂ ਦਰਜ ਹੋਣਾ ਸੀਗਾ ਤੇ ਉਸ ਰੁਪਿੰਦਰ ਸਿੰਘ ਨੇ ਕੀ ਕੀਤਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕਾਫੀ ਗਾੜ੍ਹ ਉੱਤੇ ਇਕੱਠੇ ਕਰਕੇ ਉਹਦੇ 100 ਰੁਪਏ ਪਾਏ ਜਾ ਰਹੇ ਨੇ, ਉਹਦੇ ਉੱਤੇ ਹਾਰ ਪ ਕੇ ਪੈਸੇ ਖਾਂਦਾ ਕਿਦਾਂ ਕਿ ਤੂੰ ਹੋਰਾਂ ਤਰੀਕਾ ਉਹ ਲੱਭ ਲਿਆ ਜੇ ਪਰ ਉਹਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਵਿਜੀਲੈਂਸ ਦੀ ਹੱਲੇ ਜਿਹੜੀ ਕਾਰਵਾਈ ਹੈ ਉਹ ਹਰੇ ਚੱਲ ਰਹੀ ਹੈ ਮੇਰੇ ਤੇ ਤੁਸੀਂ ਇਹਨਾਂ ਸਾਰੇ ਉੱਚ ਅਧਿਕਾਰੀਆਂ ਦੇ ਖਿਲਾਫ ਤੁਸੀਂ ਖੁਦ ਸੁਰੱਖਿਆ ਮਲਾਜਮ ਹੋ ਤੁਹਾਨੂੰ ਆਪਣੀ ਨੌਕਰੀ ਦਾ ਖਤਰਾ ਨਹੀਂ ਕਦੇ ਪਿਆ ਹੈ ਲੜਾਈ ਲੜਦੇ ਹੋਇਆਂ ਕਿ ਕੱਲ ਨੂੰ ਇਹ ਨਾ ਹੋਵੇ ਕਿ ਸਾਡਾ ਹੀ ਨੌਕਰੀ ਆ ਜਿਹੜੀ ਕੋਈ ਖਾ ਸਕਦਾ ਅਸਲ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਿਛਲੇ 14 ਸਾਲਾਂ ਤੋਂ ਮੈਂ ਇੱਕ ਸੁਰੱਖਿਆ ਗਾਰਡ ਦੀ ਸੇਵਾ ਨਿਭਾ ਰਿਹਾ ਹਾਂ ਪਿਛਲੇ 10 ਸਾਲਾਂ ਤੋਂ ਮੈਂ ਉਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਸੀਸੀ ਡਿਪ ਪਟਿਆਲਾ ਜਿਹੜੀ ਮੈਨੂੰ ਤਨਖਾਹ ਦੇ ਰਹੀ ਹੈ ਮੇਰਾ ਘਰ ਰੋਜਗਾਰ ਉਤੋਂ ਸਾਰਾ ਸਿਸਟਮ ਚੱਲਦਾ ਹੈ ਮੈਂ ਪੰਜਾਬੀ ਟਿਬ ਇੱਕ ਤੰਗੇ ਇੱਕ ਨਾਗਰਿਕ ਹੋਣ ਦੇ ਨਾਤੇ ਮੇਰਾ ਇੱਕ ਫਰਜ਼ ਵੀ ਬਣਦਾ ਸੀ ਵੀ ਮੈਂ ਇਸ ਪੰਜਾਬੀ ਯੂਨਿਟ ਨੂੰ ਉਹਨੂੰ ਬਚਾਵਾਂ ਸੋ ਗੱਲ ਇਹ ਨਹੀਂ ਕਿਉਂਕਿ ਅਸਲ ਦੇ ਵਿੱਚ ਜਿਹੜੇ ਸੁਰੱਖਿਆ ਅਫੀਸਰ ਨੇ ਪੰਜਾਬੀ ਟਿਬ ਪਟਿਆਲਾ ਨੇ ਸੁਰੱਖਿਆ ਅਫੀਸਰ ਨੂੰ ਇੱਥੇ ਤਾਇਨਾਤ ਕੀਤਾ ਸੀ ਵੀ ਦੇਸ਼ਕੌਮ ਦੀ ਇੱਕ ਸੇਵਾ ਕਰਕੇ ਆਏ ਨੇ ਪੰਜਾਬੀ ਯੂਨਿਟ ਜਿਹੜਾ ਲਾਈਨ ਆਰਡਰ ਹੈ ਬਿਲਕੁਲ ਮਜ਼ਬੂਤ ਰਹੇਗਾ ਪਰ ਜਦੋਂ ਸੁਰੱਖਿਆ ਅਫੀਸਰ ਹੀ ਮਤਲਬ ਕਿ ਉਹਨੂੰ ਆਪਣਾ ਘਰ ਦੇ ਡਰ ਪਰੰਦੇ ਵਿੱਚ ਲੱਗ ਗਿਆ ਤਾਂ ਇਹ ਅੱਜ ਵੀ ਪਰ ਸਰਕਾਰ ਗ੍ਰਾਂਟਾ ਦੇ ਰਹੀ ਹੈ ਪਰ ਜਦੋਂ ਇਹ ਪ੍ਰਸ਼ਾਸਨ ਇਹਨਾਂ ਨੂੰ ਪੈਸੇ ਖੁਆਏ ਜਾਏਗਾ ਤਾਂ ਗ੍ਰਾਂਟ ਦੇਣ ਦਾ ਫਾਇਦਾ ਵੀ ਕੀ ਇਹਨਾਂ ਪਾਵਰਫੁੱਲ ਸੁਰੱਖਿਆ ਅਫਸਰ ਕਿਵੇਂ ਹੋ ਸਕਦਾ ਹੈ ਸਰਕਾਰਾਂ ਕਈ ਬਦਲ ਗਈਆਂ ਸ਼ਰਮਣੀ ਅਕਾਲੀ ਦਲ ਤੋਂ ਭਾਜਪਾ ਦੀ ਗਠਜੋੜ ਵਾਲੀ ਸਰਕਾਰ ਤੋਂ ਲੈ ਕੇ ਫਿਰ ਕਾਂਗਰਸ ਦੀ ਆ ਗਈ ਹੁਣ ਝਾੜੂ ਵਾਲਿਆਂ ਦੀ ਸਰਕਾਰ ਚੱਲੀ ਜਾਂਦੀ ਹੈ ਪਰ ਸੁਰੱਖਿਆ ਅਫਸਰ ਉਹੀ ਤਨਾਤ ਹੈ ਅਸਲ ਦੇ ਵਿੱਚ ਹਰੇਕ ਜੇ ਆਪਾਂ ਗੱਲ ਰੂਲ ਦੇ ਕਰੀਏ ਤਾਂ 3 ਸਾਲ ਬਾਅਦ ਇੱਕ ਐਚਓਡੀ ਨੂੰ ਲਗਾਇਆ ਜਾਂਦਾ 3 ਸਾਲ ਬਾਅਦ ਹਰ ਜਿਹੜੇ ਮਤਲਬ ਕਿ ਆਫੀਸਰ ਨੇ ਉਹਨਾਂ ਦੀ ਜਿਹੜੀ ਡਿਊਟੀ ਹੈ ਸ਼ਿਫਟ ਬਾਈ ਉਹਨਾਂ ਦੀ ਚੇਂਜ ਹੁੰਦੀ ਹੈ ਪਰ ਪ ਤੋ ਇਹ ਇੱਕੋ ਕੁਰਸੀ ਤੇ ਬਰਾਜ਼ਮਾਨ ਨੇ तकरीबन ਜੇ ਇੱਕੋ ਕੁਰਸੀ ਤੇ ਬਰਾਜ਼ਮਾਨ ਨੇ ਤਾਂ ਸਾਰਾ ਕੁਝ ਮਲੀ ਭੁਗਤ ਦੇ ਨਾਲ ਆ ਜਿਹੜਾ ਵੀ ਮਤਲਬ ਕਿ ਵਾਈਂਚਾਸ ਲੜ ਦੇ ਆ ਕੇ ਮਤਲਬ ਜਿਹੜਾ ਬੰਦਾ ਨੇੜੇ ਲੱਗਦਾ ਤਾਂ ਵੀ ਮਤਲਬ ਕਿ ਕੋਸ਼ਿਸ਼ ਇਹਨਾਂ ਦੀ ਵੀ ਹੁੰਦੀ ਹੈ ਵੀ ਜਿਹੜਾ ਵੀ ਨਵੇਂ ਵਾਈਂਚਾਸ ਲੜ ਰਹੇ ਨੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਖੁਸ਼ ਤਾਂ ਹੋ ਪਰ ਲੈ ਦੇ ਕੇ ਕੰਮ ਕੀਤਾ ਜਾਂਦਾ ਹੁਣ ਇੱਕ ਪਰਚਾ ਤਾਂ ਚਲੋ ਦਰਜ ਹੋਇਆ ਵਿਜੀਲੈਂਸ ਪਟਿਆਲਾ ਰੇਂਜ ਨੇ ਕੀਤਾ ਅੱਗੇ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਲੜਾਈ ਇੱਥੇ ਜਿੱਤ ਦੀ ਰੂਪ ਦੇ ਵਿੱਚ ਦੇਖਦੇ ਹੋ ਇਹਨੂੰ ਕਿ ਜਿੱਤ ਪ੍ਰਾਪਤ ਕਰ ਲਈ ਹੈ ਸੰਘਰਸ਼ ਕੀਤਾ ਸੀ ਜਾਂ ਅੱਗੇ ਕੁਝ ਹੋਰ ਬਾਕੀ ਹੈ ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਮਤਲਬ ਕਿ ਗੱਲ ਕਰੇ ਵੀ ਕਿਸੇ ਨੇ ਮਰਡਰ ਕਰਾਉਣਾ ਸੀ ਕਿਸੇ ਨੇ ਕੋਈ ਰੈਂਕੀ ਕਰਾਉਣੀ ਸੀ ਮੰਨ ਲਓ ਵੀ ਸ਼ੂਟਰਾਂ ਨੇ ਬੰਦੇ ਦਾ ਕਤਲ ਤਾਂ ਕਰ ਦਿੱਤਾ ਬੰਦੇ ਮਾਰੇ ਗਏ ਅਸ ਕੱਲ ਨੂੰ ਕੀ ਹੋਇਆ ਵੀ ਕੱਲ ਇੱਕ ਦਿਨ ਉਹਦੇ ਸ਼ੂਟਰਾਂ ਸ਼ੂਟਰ ਫੜੇ ਵੀ ਜਾਂਦੇ ਨੇ ਜਿਹੜਾ ਬੰਦਾ ਮਾਰਿਆ ਉਹ ਤਾਂ ਪ੍ਰੋਪਰਲੀ ਪਤਾ ਵੀ ਲੱਗ ਜਾਂਦਾ ਬਟ ਜਿਸੇ ਬੰਦੇ ਨੇ ਪਿੱਛੇ ਰੈਂਕੀ ਕਰਾਈ ਜਿਹੜਾ ਵੱਡਾ ਮਾਸਟਰਮਾਈਂਡ ਸੀ ਜੋ ਬਾਹਰ ਬੈਠਾ ਤੇ ਇਹਨਾਂ ਸਾਹਿਬ ਕਿੱਥੋਂ ਦਾ ਹੋਇਆ ਸੋ ਗੱਲ ਇਹ ਸੀ ਵੀ ਜਿਹੜਾ ਬੰਦੇ ਦੀ ਸ਼ਹਿਤ ਸਾਰਾ ਕੰਮ ਚੱਲਦਾ ਰਿਹਾ ਕਿ ਕੱਲੂ ਇਹ ਆਫੀਸਰ ਕਹਣ ਕਿ ਇਹ ਬੰਦਾ ਹਾਜ਼ਰੀ ਪਾਉਂਦਾ ਸੀ ਇਹਨਾਂ ਦਾ ਬੇਟਾ ਸੀ ਮੈਨੂੰ ਇਸ ਬਾਰੇ ਪਤਾ ਨਹੀਂ ਸੋ ਡਿਪਾਰਟਮੈਂਟ ਦਾ ਮੁਖੀ ਇਹ ਗੱਲ ਕਵੇ ਤਾਂ ਮੈਂ ਕਹਿੰਦਾ ਵੀ ਤੂੰ ਸ਼ਰਮ ਦੀ ਤਾਂ ਗੱਲ ਪਿੱਛੇ ਵੀ ਰਹਿ ਨਹੀਂ ਜਾਂਦੀ ਸੋ ਸਾਰਾ ਕੰਮ ਇਹਦੇ ਸਾਡੀ ਲੜਾਈ ਇੱਥੇ ਹਲੇ ਖਤਮ ਨਹੀਂ ਜਿੰਨਾ ਟਾਈਮ ਨੂੰ ਸੁਰੱਖਿਆ ਦੇ ਪਿੱਛੇ ਨਹੀਂ ਭੇਜਿਆ ਜਾਂਦਾ ਤੇ ਜਿੰਨਾ ਪੈਸਾ ਰਿਕਵਰ ਨਹੀਂ ਕੀਤਾ ਜਾਂਦਾ ਉਹਨਾ ਟਾਈਮ ਵੀ ਸਾਡੀ ਲੜਾਈ ਹੈ ਉਹ ਕਲੈਕਸ਼ਨ ਦੇ ਚੱਲਦੀ ਰਹੇਗੀ ਪੰਜਾਬੀ ਜਨਤ ਨੂੰ ਬਚਾਉਣ ਲਈ ਸਾਨੂੰ ਜੋ ਵੀ ਕਰਨਾ ਪਿਆ ਉਹ ਸੀ ਕਰ ਇਹ ਜਿਹੜੇ ਸਾਥੀ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਸੰਘਰਸ਼ ਕਰਨ ਦੀ ਜਿਸ ਦੇ ਕਰਕੇ ਇਹਨਾਂ ਨੂੰ ਲੱਗਿਆ ਕਿ ਨਹੀਂ ਅਸੀਂ ਕ腐ਸ਼ਨ ਨਹੀਂ ਚੱਲਣ ਦੇਾਂਗੇ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਜਿਸ ਜਿੱਤੀ ਮਿਲੀ ਭੁਗਤ ਹੈ ਇਹਨਾਂ ਦੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦੇਖਦੇ ਹਾਂ ਕਿ ਯੂਨੀਵਰਸਿਟੀ ਦਾ ਪ੍ਰਸ਼ਾਸਨ ਵਾਈਸ ਚਾਂਸਲਰ ਤੋਂ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਇਹ ਮੁੱਦਾ ਜਦੋਂ ਧਿਆਨ ਵਿੱਚ ਆ ਗਿਆ ਤੇ ਉਹਨਾਂ ਦੇ ਖਿਲਾਫ ਹੁਣ ਕੀ ਕੀ ਕਾਰਵਾਈ ਹੁੰਦੀ ਹੈ ਤੇ ਕੌਣ ਕੌਣ ਹੋਰ ਸਲਾਖਾਂ ਦੇ ਪਿੱਛੇ ਜਾ ਸਕਦਾ ਇੱਥੇ ਹੁਣ ਵਿਜੀਲੈਂਸ ਦਾ ਵੀ ਫਰਜ ਬਣਦਾ ਹੈ ਕਿ ਨਿਰਪੱਖਤਾ ਦੇ ਨਾਲ ਜਾਂਚ ਕਰੇ ਔਰ ਜਿਹੜੇ ਜਿਹੜੇ ਉਸ ਪਰਚੇ ਵਿੱਚ ਨਾਮਜ਼ਦ ਨਹੀਂ ਕੀਤੇ ਗਏ ਅਧਿਕਾਰੀ ਜਾਂ ਵੱਡੇ ਅਫਸਰ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਵੀ ਜਾਂਚ ਪੜਤਾਲ ਜ਼ਰੂ ਸਾਰਾ ਗੜਬੜੀਆਂ ਕਰਨ ਦਾ ਜਿਹੜਾ ਜਾਲ ਵਿਸ਼ਿਆ ਸੀ ਉਸ ਦੇ ਵਿੱਚ ਕੌਣ ਕੌਣ ਸ਼ਾਮਲ ਰਿਹਾ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ